ਆਵਤਾਰ ਖੰਡਾ ਦੇ ਸਸਕਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਸੀ ਕਿਰਨ ਦੀਪਕੌਰ ਤੀਜੀ ਵਾਰ ਰੋਕੇ ਜਾਣ ਤੇ ਆਇਆ ਫਟਾ ਬਿਆਨ ਕੋਲ ਦਿੱਤੇ ਨੇ ਅੰਦਰਲੇ ਸਾਰੇ ਪੇਜ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਪਾਣੀ ਰਹੋ ਕਿਉਂਕਿ ਕਵਰ ਫਿਰ ਤੋਂ ਲੈ ਕੇ ਹਾਸਰਾ ਤੁਹਾਡੇ ਲਈ ਫੱਡੀ ਜਾਣਕਾਰੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਪਤਨੀ ਕਿਰਨ ਦੀਪਕੌਰ ਨੂੰ ਵਿਦੇਸ਼ ਜਾਣ ਤੋਂ ਮੁਰ ਰੋਕ ਦਿੱਤਾ ਗਿਆ ਸੋ ਇਹ ਤੀਜੀ ਵਾਰਾ ਜਦੋਂ ਉਸ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਜਾਣਕਾਰੀ ਤਾਬਕਾ ਕਿਰਨਦੀਪ ਕੌਰ ਨੂੰ ਹੁਣ ਦਿੱਲੀ 에어ਪੋਰਟ ਤੇ ਰੋਕਿਆ ਗਿਆ। ਇਸ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਰੋਕਿਆ ਗਿਆ ਸੀ। ਇਸ ਤੋਂ ਬਾਅਦ ਕਿਰਨਦੀਪ ਕੌਰ ਦੇ ਵੱਲੋਂ ਮੀਡੀਆ ਦੇ ਵਿੱਚ ਆਪਣੀ ਲਿਖਤੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਮੈਨੂੰ ਇੰਗਲੈਂਡ ਜਾਣ ਤੋਂ ਤੀਜੀ ਵਾਰ ਰੋਕਿਆ ਗਿਆ ਕਿਉਂਕਿ ਕਾਨੂੰਨ ਦੇ ਅਨੁਸਾਰ ਮੈਨੂੰ 180 ਦਿਨ ਪਹਿਲਾਂ ਦਾਖਲਾ ਲੈਣ ਦੀ ਲੋੜ ਹੈ। ਅਪ੍ਰੈਲ ਦੇ ਮਹੀਨੇ ਕੁਝ ਮੀਡੀਆ ਅਤੇ ਵਿਅਕਤੀਆਂ ਨੇ ਸੋਚਿਆ ਕਿ ਮੈਂ ਇੰਗਲੈਂਡ ਵਾਪਸ ਭੱਜ ਰਹੀ ਸੀ। ਕਿਸੇ ਦੇ ਵੀ ਘਰ ਵਾਪਸ ਜਾਣ ਨੂੰ ਭੱਜਣਾ ਨਹੀਂ ਕਿਹਾ ਜਾ ਸਕਦਾ। ਇੱਕ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੇਰੇ ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਨੇ। ਉਹਦੋਂ ਦਾ ਮੈਂ ਇਹ ਪੁਸ਼ਟੀ ਕਰਨ ਦੇ ਲਈ ਮੈਨੂੰ ਇੰਗਲੈਂਡ ਜਾਣ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਠੀਕ ਹੈ ਇੱਕ ਮਹੀਨਾ ਪਹਿਲਾਂ 14 ਜੁਲਾਈ ਦੇ ਲਈ ਇੱਕ ਫਲਾਈਟ ਬੁੱਕ ਕੀਤੀ ਸੀ। ਰਵਾਨਗੀ ਦੀ ਸਵੇਰ ਤੱਕ ਮੈਨੂੰ ਦੱਸਿਆ ਜਾ ਰਿਹਾ ਸੀ ਕਿ ਮੈਂ ਜਾਣ ਤੇ ਕਿਸੇ ਤਰ੍ਹਾਂ ਦੀ ਅੜਚਨ ਨਹੀਂ ਹੋਵੇਗੀ। ਅਤੇ ਫਿਰ ਬੋਰਡਿੰਗ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਜਾਣ ਤੇ ਲਈ ਰੋਕ ਦਿੱਤਾ ਗਿਆ। ਉਹਨਾਂ ਨੇ ਮੈਨੂੰ 18 ਤਰੀਕ ਤੱਕ ਕੁਝ ਦਿਨ ਉਡੀਕ ਕਰਨ ਦੀ ਬੇਨਤੀ ਕੀਤੀ। ਇਸ ਲਈ ਮੈਂ ਦੁਬਾਰਾ ਉਸੇ ਤਰ੍ਹਾਂ ਦਾ ਅਨੁਭਵ ਕਰਨ ਦੇ ਲਈ 19 ਤਰੀਕ ਦੇ ਉਹ ਬਾਰਾ ਫਲਾਈਟ ਬੁੱਕ ਕੀਤੀ। ਕਿਸੇ ਅਧਿਕਾਰੀ ਨੇ ਮੇਰੇ ਨਾਲ ਸਿੱਧੇ ਜਾਂ ਫਿਰ ਸੰਪਸਟਪਸਟ ਤੌਰ ਤੇ ਗੱਲ ਨਹੀਂ ਕੀਤੀ। ਸੋ ਇਹ ਜਿਹੇ ਸੰਦੇਸ਼ਾਂ ਉਪਾਸ਼ ਕਰਨ ਦੇ ਲਈ ਕਿਸੇ ਨਾਲ ਸੰਪਰਕ ਕਰਨ ਦੇ ਵਿੱਚ ਸੰਪਰਕ ਕਰ ਰਹੇ ਨੇ। ਉਹ ਨਹੀਂ ਚਾਹੁੰਦੇ ਕਿ ਮੈਂ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਵਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਅੰਤਿਮ ਸੰਸਕਾਰ ਕਦੋਂ ਅਤੇ ਕਿੱਥੇ ਹੋ ਰਿਹਾ ਹੈ। ਉਹ ਇਸ ਦੇ ਬਾਰੇ ਵਿੱਚ ਚਿੰਤ ਮਹਿਸੂਸ ਕਰ ਰਹੇ ਨੇ। ਇਹ ਮੰਨ ਕੇ ਕਿ ਮੈਂ ਉੱਥੇ ਭਾਸ਼ਣ ਦੇਵਾਂਗੀ। ਉਹ ਡਰਦੇ ਨੇ ਕਿ ਮੈਂ ਇੱਕ ਅੰਦੋਲਨ ਸ਼ੁਰੂ ਕਰ ਦੇਵਾਂਗੀ। ਇਹ ਸਰਕਾਰ ਅਤੇ ਵਿਸ਼ੇਸ਼ ਏਜੰਸੀਆਂ ਨੇ ਉਹ ਮੈਨੂੰ ਦੇਸ਼ ਛੱਟਣ ਤੋਂ ਰੋਕ ਰਿਹਾ ਨੇ ਮੈਂ ਸਿਰਫ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਤਹਿਤ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੀ ਆਂ ਮੇਰੀ ਯਾਤਰਾ ਇੱਕ ਜਾਂ ਫਿਰ ਦੋ ਹਫ਼ਤਿਆਂ ਦੇ ਲਈ ਸੀ ਮੇਰੀ ਉੱਥੇ ਜ਼ਿਆਦਾ ਦੇਰ ਤੱਕ ਰੁਕਣ ਦਾ ਕੋਈ ਰਾਤਾ ਨਹੀਂ ਸੀ ਮੇਰੀ ਤਰਜੀਹ ਮੇਰੇ ਪਤੀ ਨੇ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਐਲਓਸੀ ਸੰਬੰਧੀ ਸਮੱਸਿਆ ਪਰ ਮੈਨੂੰ ਅਜਿਹਾ ਕੋਈ ਦਸਤਾਵੇਜ਼ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਜਿਸ ਦੇ ਨਾਲ ਪਤਾ ਲੱਗੇ ਕਿ ਕੋਈ ਐਲਓਸੀ ਆ ਜੇਕਰ ਹਾਂ ਤਾਂ ਉਹ ਕਿਸ ਆਧਾਰ ਤੇ ਅਤੇ ਕਿਉਂ ਮੈਨੂੰ ਦਿਖਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਕਰ ਜਿਹਾ ਨਹੀਂ ਆ ਤਾਂ ਮੈਨੂੰ ਦੇਸ਼ ਛੱਟਣ ਨੂੰ ਕਿਉਂ ਨਹੀਂ ਰੋਕ ਸਕਤੇ ਸੋ ਹੁਣ ਵੱਡਾ ਬਿਆਨ ਹੈ ਦੇਖਣਾ ਹੋਵੇਗਾ ਇਸ ਬਿਆਨ ਨੂੰ ਕਿਵੇਂ ਦੇਖਿਆ ਜਾਂਦਾ ਹੈ ਸਰਕਾਰਾਂ ਦੇ ਵੱਲੋਂ ਸੋ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ